ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁਅਲੈਕੁਮ ਉਮੀਦ ਕਰਦੀ ਆ ਸਾਰੇ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਠਾਕ ਆ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਸ਼ਾਦੋ ਬਾਦ ਰੱਖੇ ਇਸ ਦੁਆ ਦੇ ਨਾਲ ਕਰਾਂਗੇ ਅੱਜ ਦੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨੇ ਤੋਂ ਪਹਿਲੇ ਸਾਡੀ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿਸ ਭੈਣ ਭਾਈ ਨੇ ਮੇਰਾ ਚੈਨਲ ਅਦੀਬ ਵਾਸਾ ਵਲੌਗ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਰੋਜ਼ ਨਈ ਆਨੇ ਵਾਲੀ ਵੀਡੀਓ ਆਪ ਤੱਕ ਬਾਰ ਵਕਤ ਪਹੁੰਚਦੀ ਰਹੇ ਅਨਾਬੀਆ ਗਈ ਹੈ ਸਕੂਲ ਅਦੀਵ ਦੇ ਬਾਬਾ ਅੱਜ ਘਰ ਆ ਰਹੇ ਸੀ ਅਦੀਵ ਕੁਝ ਪਰੇਸ਼ਾਨ ਸੀ ਅਦੀਵ ਨੇ ਦੇਖਿਆ ਕਿ ਮੇਰਾ ਕਜ਼ਨ ਆ ਕੇ ਝੂਲੇ 'ਚ ਲੇਟਿਆ ਆਇਆ ਅਦੀਵ ਨੇ ਜ਼ਿੱਦ ਕੀਤੀ ਕਿ ਮੈਂ ਵੀ ਝੂਲੇ 'ਚ ਉਹਦੇ ਨਾਲ ਹੀ ਲੇਟਣਾ ਅਦੀਵ ਵੀ ਜਾ ਕੇ ਲੇਟ ਗਿਆ ਦੋਨੇ ਭਾਈ ਭਾਈ ਝੂਲੇ 'ਚ ਲੇਟ ਕੇ ਝੂਲੇ ਲਾਣਦੇ ਇਹਨਾਂ ਦੀ ਫੁੱਫੂ ਝੂਲਾ ਦੇਣਦੇ ਸੀਗੇ ਮੈਂ ਦੇਖਿਆ ਮੈਂ ਇੱਕ ਹੀ ਕਰਦੇ ਆ ਤੇ ਕਹਿੰਦਾ ਝੂਲੇ ਝੂਲੇ ਵੀ ਮੈਂ ਝੂਲੇ 'ਚ ਲੇਟਿਆ ਆ ਅੱਜ ਅਦੀਵ ਦੇ ਬਾਬਾ گئے ਆ ਥਰੇਸ਼ਰ ਤੇ ਕਾਫੀ ਦਿਨਾਂ ਬਾਅਦ ਗਏ ਸੀ ਕਿਉਂਕਿ بارش ਰੋਜ਼ ਹੋ ਜਾਂਦੀ ਆ ਰਾਤੀ بارش ਨਹੀਂ ਹੋਈ ਸੀ ਸ਼ੁਕਰ ਅੱਲਾ ਦਾ ਇਸ ਕਰਕੇ ਫਿਰ ਅੱਜ ਥ੍ਰੈਸ਼ਰ ਤੇ ਗਏ ਆ। ਕਾਫੀ ਦਿਨ ਹੋ ਗਏ ਆ ਦੀਪ ਦੇ ਬਾਬਾ ਘਰ ਹੀ ਹੁੰਦੇ ਆ ਨਾ ਤਾਂ ਆਦਤ ਜੀ ਹੋ ਗਈ ਸੀ ਤੇ ਬੱਚਿਆਂ ਦੇ ਨਾਲ ਨਾਲ ਅੱਜ ਮੈਨੂੰ ਵੀ ਉਹਨਾਂ ਦੀ ਕਮੀ ਕਾਫੀ ਜ਼ਿਆਦਾ ਮਹਿਸੂਸ ਹੋਣ ਦੇ ਹੀ ਆ ਕਿਉਂਕਿ ਆਦਤ ਹੋ ਗਈ ਸੀ ਨਾ ਸਾਰਾ ਦਿਨ ਦੀਪ ਦੇ ਬਾਬਾ ਇੱਧਰ ਨੂੰ ਆ ਜਾ ਦੀਪ ਬਾਬਾ ਖਾ ਲਓ ਦੀਪ ਦੇ ਬਾਬਾ ਕਰ ਲਓ ਬਸ ਸਾਰਾ ਦਿਨ ਇੱਦੀ ਗੁਜ਼ਰ ਜਾਂਦਾ ਸੀ ਅੱਛਾ ਲੱਗਦਾ ਸੀ ਤੇ ਲੇਕਿਨ ਅੱਜ ਉਹ ਕਾਫੀ ਦਿਨਾਂ ਤੋਂ ਬਾਅਦ ਗਏ ਤਾਂ ਇਦਾਂ ਲੱਗਦਾ ਜਿਦਾ ਘਰ ਪੂਰਾ ਦਾ ਪੂਰਾ ਹੀ ਖਾਲੀ ਹੋ ਗਿਆ ਦੀਪ ਦਾ ਕਜਨ ਰੋਣਾ ਸ਼ੁਰੂ ਕਰ ਦਿੱਤਾ ਹਨ ਅਦੀਵ ਮਮਾ ਨੇ ਉਹਨੂੰ ਉਠਾ ਲਿਆ ਤੇ ਅਦੀਵ ਸਾਹਿਬ ਅਜੇ ਝੂਲੇ 'ਚ ਲੇਟੇ ਹੋਏ ਆ ਬਾਕੀ ਜਦ ਆਦੀਪ ਦਾ ਬਾਬਾ ਘਰ ਹੋਣ ਫਿਰ ਕਾਫੀ ਚੱਕਰ ਉਹਨਾਂ ਦੇ ਬਾਹਰ ਲੱਗ ਹੀ ਜਾਂਦੇ ਹੁੰਦੇ ਆ ਕਿ ਦੀ ਮੈਂ ਕਿਸੇ ਚੀਜ਼ ਦਾ ਕਹਿ ਦੇਣਾ ਹੁੰਦਾ ਕਿ ਆ ਚੀਜ਼ ਲਿਆ ਦਿਓ ਜਾਂ ਚੀਜ਼ ਲਿਆ ਦਿਓ ਫਿਰ ਕਦੀ ਅੰਮੀ ਉਹਨਾਂ ਨੇ ਕੋਈ ਨਾ ਕੋਈ ਚੀਜ਼ ਮੰਗਵਾਨੀ ਹੁੰਦੀ ਆ ਆਦੀਪ ਨੂੰ ਹੋ ਗਈ ਆਦਤ ਕਿਉਂਕਿ ਆਦੀਪ ਹਰ ਚੱਕਰ ਦੇ ਨਾਲ ਆਪਣੇ ਬਾਬਾ ਦੇ ਨਾਲ ਹੀ ਹੁੰਦਾ ਅੱਜ ਆਦੀਪ ਨੇ ਰੋਣਾ ਸ਼ੁਰੂ ਕੀਤਾ ਸੀ ਤੇ ਫਿਰ ਅੰਮੀ ਕਹਿੰਦੇ ਉਹਨੂੰ ਦਰਵਾਜ਼ਾ ਖੋਲਦੇ ਤੇ ਥੋੜੀ ਦੇਰ ਬਾਹਰ ਖੜੇ ਹੋਏ ਥੋੜੀ ਦੇਰ ਉਹਨਾਂ ਦਾ ਆਦੀਪ ਬਾਹਰ ਇੱਧਰ ਉੱਧਰ ਦੇਖਣ ਲੱਗਾ ਅਨਾਬੀਆ ਕਹਿੰਦੀ ਬਾਬਾ ਆਉਂਦੇ ਪਏ ਇੱਧਰ ਨੂੰ ਜਦੋਂ ਕਹਿੰਦੀ ਤੇ ਇਹਦੇ ਕਰਕੇ ਦੇਖਣਾ ਪੈਂਦਾ ਕਿ ਕਿਧਰਲੀ ਸਾਈਡ ਤੋਂ ਮੇਰੇ ਬਾਬਾ ਆਉਂਦੇ ਬਏ ਆਦੀਵ ਨੂੰ ਤਾਂ ਕੁਝ ਜ਼ਿਆਦਾ ਹੀ ਆਪਣੇ ਬਾਬਾ ਦੀ ਕਮੀ ਮਹਿਸੂਸ ਹੁੰਦੀ ਹੈ ਕਿਉਂਕਿ ਕਾਫੀ ਦਿਨ ਹੋ ਗਏ ਸੀ ਨਾ ਆਪਣੇ ਬਾਬਾ ਦੇ ਨਾਲ ਫਿਰਨਾ ਤੁਰਨਾ ਇਹਦਾ ਕਾਫੀ ਲੱਗਾ ਹੋਇਆ ਸੀ ਅੱਜ ਇਹਨੂੰ ਬਹੁਤ ਮਹਿਸੂਸ ਹੋਣਦਿਆ ਕਿ ਵੀ ਮੈਨੂੰ ਘਰੋਂ ਬਾਹਰ ਕਿਸੇ ਨੇ ਕੱਢਿਆ ਹੀ ਨਹੀਂ बच्चे है ना बच्चों नु जदा जदा लगा लो जिथे बच्चे उथे ही लग जंदे है आज आदيب काफी उदास है अनाबियां नु फर्क पया लेकिन इन्ना ने क्योंके अनाबियां नु मौका नहीं मिलता अपने बाबा दे ਕੋਲ ਰਹਿੰਦਾ ਕਿਉ ਸੁਬਹ ਨੂੰ ਸਕੂਲ ਲੈ ਲਈ ਜਾਂਦੀ ਹੈ ਫਿਰ ਆ ਕੇ ਮਦਰਸੇ ਜਾਂ ਟਿਊਸ਼ਨ ਜਾਣਾ ਤੇ ਬਸ ਬਹੁਤ ਕੰਮ ਹੀ ਰਾਤ ਨੂੰ ਸ਼ਾਮ ਟਾਈਮ ਹੀ ਫਿਰ ਆਪਣੇ बाबा ਕੋ ਹੁੰਦੀ ਹੈ ਤੇ आदيب ਮਾਸ਼ਾਅੱਲਾ ਸਾਰਾ ਦਿਨ ਆਪਣੇ बाबा ਕੋ ਬੈਠਾ ਫਿਰਦਾ ਤੁਰਦਾ ਖਾਣਾ ਪੀਣਾ ਸਭ ਕੁਝ ਕੋਈ ਵੀ ਚੀਜ਼ ਮੇ ਖਿਲਾਉਣ ਨੂੰ ਕਹਵਾਣਾ ਤੇ ਇਹਨਾਂ ਦਾ ਬਾਬਾ ਵੇ ਆਪਣੇ ਪਾਪਾ ਕੋ ਲੈ ਕੇ ਚਲੇ ਜਾਣਾ ਹੁੰਦਾ ਵੀ ਮੈਂ ਪਾਪਾ ਕੋ ਖਾਣੀ ਆ ਮੈਂ ਤੁਹਾਡ ਕੋ ਨਹੀਂ ਖਾਣੀ ਤੇ ਅਦੀਬ ਨੂੰ ਅੱਜ ਕਾਫੀ ਪਰੇਸ਼ਾਨੀ ਆ ਕਿ ਮੇਰੇ ਪਾਪਾ ਨਜ਼ਰ ਨਹੀਂ ਆਉਂਦੇ ਆ ਕਿ ਬਾਰ ਬਾਰ ਕਦੀ ਆਪਣੀ ਦਾਦੀ ਕੋ ਜਾਂਦਾ ਕਦੀ ਆਪਣੇ ਦਾਦਾ ਬੂ ਕੋ ਜਾਂਦਾ ਕਿ ਵੀ ਪਾਪਾ ਕਿੱਥੇ ਆ ਮੈਨੂੰ ਪਾਪਾ ਦਿਖਾਓ ਸਾਲਣ ਮੈਂ ਬਣਾ ਲਿਆ ਵਾ ਆਟਾ ਗੁੰਨ ਕੇ ਰੱਖਿਆ ਹੈ ਅੱਜ ਬਣਾਇਆ ਟਿੰਡੇ ਮੈਂ ਕਿ ਥੋੜੀ ਦੇਰ ਤੇ ਰੋਟੀਆਂ ਬਣਾਉਣੇ ਆ ਫੇਰ ਮੈਂ ਆ ਗਈ ਬੱਚਿਆਂ ਵਾਲੇ ਸਾਈਡ ਤੇ ਬੱਚੇ ਲੱਗੇ ਸੀ ਆਪਣੀ ਖੇਲ ਖੂਦ ਦੇ ਵਿੱਚ ਖਜ਼ਨ ਇਹਨਾਂ ਦਾ ਵਾਕਰ ਤੇ ਬਟਾ ਆਇਆ ਸੀ ਤੇ ਅਦੀਬ ਨੇ ਇੱਕ ਛੀਨ ਲਿਆ ਉਹ ਗਵਾਕਰ ਤੇ ਅਦੀਬ ਨੂੰ ਹੁਣ ਅੱਜ ਕੋਈ ਨਜ਼ਰ ਨਹੀਂ ਆਉਂਦਾ ਤਦੀਬ ਨੇ ਆਪਣੀ ਭੈਣ ਦੀ ਬਾਹ ਪਕੜੀ ਹੋਈ ਹੈ ਜਿੱਦਨੂੰ ਭੈਣ ਜਾਂਦੀ ਹੈ ਨਾਲ-ਨਾਲ ਹੀ ਬਸ ਉਹਦੇ ਪਿੱਛੇ-ਪਿੱਛੇ ਹੀ ਹੈ ਮੇਰੀ ਵੀਡੀਓ ਨੂੰ ਜ਼ਰੂਰ ਜ਼ਰੂਰ ਦੇਖਿਆ ਕਰੋ ਲਾਈਕ ਕਰ ਕਮੈਂਟ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਬੰਦਾ ਅੱਗੇ ਜਾਂਦਾ ਵਾ ਅੱਲਾਹ ਹਾਫਿਜ਼ ਸੁਬਾ ਨਹੀਂ ਵੀਡੀਓ के साथ जरूर मिलेंगे ਆਪਣਾ ਔਰ ਆਪਣੇ ਬੱਚਿਆਂ ਦਾ ਜ਼ਿਆਦਾ ਜ਼ਿਆਦਾ ਖਿਆਲ ਰੱਖਣਾ